ਲੈ ਵੀ ਚਲਦੇ ਚਲਦੇ ਪਹੁੰਚੇ ਸਾਂ ਅਸੀਂ ਯੂਨੀਵਰਸਿਟੀ ਦੇ ਵਿੱਚ। ਅਸਾਂ ਸੋਚਿਆ ਵੀ ਤੁਹਾਨੂੰ ਅੱਜ ਮਿਲਾ ਦਈਏ, ਉਹ ਯਾਰ ਜਿਹੜੇ ਕਦੀ ਬੈਠ ਕੇ ਗੱਲਾਂ ਕਰਦੇ ਸਨ, ਚਾਹ ਪੀਂਦੇ ਸਨ, ਕੌਫੀ ਪੀਂਦੇ ਸਨ ਕੰਟੀਨ ਦੇ ਵਿੱਚ। ਕੌਫੀ ਤਾਂ ਨਹੀਂ ਸੀ, ਚਾਹ ਹੁੰਦੀ ਸੀ ਉਸ ਵੇਲੇ। ਅਤੇ ਅੱਜ ਇੱਥੇ ਆਏ ਨੇ ਸਾਰੇ ਇਕੱਠੇ ਹੋਏ ਨੇ। ਅੱਗੋਂ ਹੋ ਜਾਓ ਥੋੜ੍ਹਾ ਜਿਹਾ ਬੰਟੀ, ਚੈਨਲ ਸਬਸਕ੍ਰਾਈਬ ਕਰ ਦਿਓ ਦੋਸਤੋ। ਹੋਰ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਜੀ ਕਿਹੜਾ ਬੈਚ ਸੀਗਾ? ਅਸੀਂ 1971 ਬੈਚ ਹੈ ਜੀ ਸਾਡਾ ਤਿੰਨਾਂ ਦਾ। ਅੱਛਾ ਅੱਛਾ, ਤੇ ਹੁਣ ਤਾਂ ਤੁਸੀਂ ਸਾਰੇ बहुत सारे मिले ने पुराने दोस्त यार, बड़ी खुशी होंगी है। और बार बार अपनी यूनिवर्सिटी में देखी दा वै, तो पुराने टाइम याद आ जाता है वै, वो दिन बीते हुए जवानी के दिन है, तो बहुत अच्छा लग रहा। फिल्म फुल्म कितने देखने जाते जी उस तुम पढ़ते थे? ਅਸੀਂ ਪਹਿਲਾਂ ਤਾਂ ਯੂਨੀਵਰਸਿਟੀ 'ਚ ਦੇਖੀ ਦੀ ਸੀ ਆਡੀਟੋਰੀਅਮ, ਫਿਰ ਆਰਤੀ ਸਿਨੇਮਾ ਬਣਿਆ ਸੀਗਾ। ਪ੍ਰੀਤ ਪੈਲਸ ਵੀ ਜਾਈਦਾ ਸੀ, ਬੱਸ ਸਟੈਂਡ ਕੋਲ ਸਾਰੇ ਜਾਈਦਾ ਸੀ। ਸੁਸਾਇਟੀ ਇੱਥੇ ਨਾ, ਇੱਥੇ ਉਸ ਜ਼ਮਾਨੇ 'ਚ ਯੂਨੀਵਰਸਿਟੀ 'ਚ ਫਿਲਮ ਚੱਲਦੀ ਸੀ ਦੋ ਦਿਨ ਹਾਂ, ਹਫ਼ਤੇ ਟਿਕਟਾਂ ਯੂਨੀਵਰਸਿਟੀ ਦਿੰਦੀ ਸੀਗੀ। ਹਾਂਜੀ ਹਾਂਜੀ, ਸੈਚਰਡੇ ਸੰਡੇ ਸਟੂਡੈਂਟ ਹੋਮ 'ਚ ਟਿਕਟਾਂ ਮਿਲਦੀਆਂ ਹੁੰਦੀਆਂ ਸੀਗੀਆਂ। ਘਰ ਬੈਠੇ ਯੂਟਿਊਬ ਤੇ ਪਤਾ ਨੀ ਕੀ ਨੈਟਫਲਿਕਸ ਪਤਾ ਨੀ ਕੀ ਚੱਲਦੇ ਹੈਗੇ। ਅਸੀਂ ਤਾਂ ਬਾਅਦ ਚ ਵੀ ਮੈਂ ਲੁਧਿਆਣੇ ਜੋਬ ਕੀਤੀ, ਯੂਨੀਵਰਸਿਟੀ ਚ ਵੀ 10-12 ਸਾਲ ਕੀਤੀ, ਤੇ ਕਾਫੀ ਪੀਏ ਜੀ ਫੀਸ ਸੀਗੀ। ਤੁਸੀਂ ਯੂ ਕੈਨ ਨਾਟ ਇਮੇਜਿਨ, ਪਹਿਲੇ 2 ਸਾਲ 11 ਰੁਪਏ ਮਹੀਨਾ ਸੀਗੀ, ਬਾਅਦ ਚੋਂ 22 ਰੁਪਏ, 33 ਰੁਪਏ, 33 ਰੁਪਏ, 33 ਰੁਪਏ ਹੋ ਗਈ ਸੀ ਥਰਡ ਈਅਰ ਅਤੇ ਫੋਰਥ ਈਅਰ 'ਚ। 73-72 'ਚ ਇੱਥੇ ਬੱਸ ਆਉਂਦੀ ਸੀ, ਗੇੜਾ ਕੱਢ ਕੇ ਜਾਂਦੀ ਸੀਗੀ, ਬੱਸ ਅੰਦਰ ਆਉਂਦੀ ਸੀ, ਲੋਕਲ ਬੱਸ ਆਉਂਦੀ ਸੀਗੀ ਬੱਸ ਸਟੈਂਡ ਤੋਂ। ਅੱਛਾ, ਇੱਥੇ ਵੀ ਰੁਕਦੀ ਸੀਗੀ, ਪੋਸਟ ਆਫਿਸ ਕੋਲ ਵੀ ਰੁਕਦੀ ਸੀਗੀ। ਪਹਿਲਾਂ ਪੁਲਿਸ ਆਉਂਦੀ ਨੀ ਹੁੰਦੀ ਸੀ, ਅੰਦਰ ਐਂਟਰੀ ਨਹੀਂ ਕਰ ਸਕਦੀ ਸੀ ਬੀਸੀ ਦੀ ਪਰਮਿਸ਼ਨ ਤੋਂ ਬਗੈਰ। ਸਕਾਲਰਸ਼ਿਪ ਮਿਲਦਾ ਸੀਗਾ, ਅਸੀਂ ਚੰਗੇ ਸਟੂਡੈਂਟਸ ਦੇ ਸੀਗੇ, ਯਾਨੀ ਕਿ ਪੜ੍ਹਾਈ ਲਿਖਾਈ ਦੇ ਵਿੱਚ ਅੱਬਲ ਸਨ, ਤੇ ਕਹਿੰਦੇ ਸੀ ਭਾਈ ਵਜ਼ੀਫਾ ਵੀ ਮਿਲਦਾ ਸੀਗਾ, ਮਿਲਦਾ ਸੀਗਾ ਆਲਮੋਸਟ। ਡਾਂਸ ਡਰਾਮਾ 'ਮਿਊਜ਼ਿਕ ਕਲੱਬ ਦੇ ਵੀ ਮੈਂਬਰ ਸੀ। ਹਾਂ, ਮੈਂ ਡਾਂਸ ਡਰਾਮਾ ਕਲੱਬ ਦਾ ਸੈਕਟਰੀ ਸੀਗਾ, ਇਹ ਅਸਿਸਟੈਂਟ ਸੈਕਟਰੀ ਹੁੰਦੇ ਸੀਗੇ, ਅਸੀਂ ਡਰਾਮੇ ਡੁਮੇ ਬਹੁਤ ਕਰੀਦੇ ਹੁੰਦੇ ਸੀ। ਲੱਦੜ ਸਾਹਿਬ, ਲੱਦੜ ਸਾਡਾ ਜਮਾਤੀ ਆ, ਮੈਨੂੰ ਮਿਲਦਾ ਰਹਿੰਦਾ ਕੈਨੇਡਾ, ਕਲਾਸ ਫੈਲੋ ਹੀ ਆ ਸਾਡਾ। ਹਾਂਜੀ, ਮਿਲਿਆ ਦਵਿੰਦਰ ਲੱਦੜ ਸਾਨੂੰ ਮਿਲਿਆ, ਰਿਟਾਇਰ ਹੋਏ ਨੇ ਚੀਫ ਐਗਰੀਕਲਚਰ ਆਫਿਸਰ। ਅੱਛਾ ਜੀ, ਮੈਂ ਜਨਰਲ ਮੈਨੇਜਰ ਰਿਟਾਇਰ ਹੋਇਆ ਬੈਂਕ ਆਫ ਬੜੌਦਾ ਤੋਂ। ਅੱਛਾ ਅੱਛਾ, ਤੁਹਾਡੇ ਦੇ ਅੰਦਰ ਹੀ ਬੈਂਕ ਦਾ ਸੀਗਾ? ਨਹੀਂ ਨਹੀਂ, ਮੈਂ ਬੈਂਕ ਆਫ ਬੜੌਦਾ ਦਾ ਜਨਰਲ ਮੈਨੇਜਰ ਸੀਗਾ, ਬੰਬੇ ਤੋਂ ਰਿਟਾਇਰ ਹੋਇਆ ਹਾਂ। ਮੈਂ ਬੜ ਬੜ ਦੂਰੋਂ ਆ ਰਹੇ ਤੁਸੀਂ ਹੈ, ਤੇ ਇਹ ਸਾਡੇ ਸੀਨੀਅਰ ਬੜੌਲੇ ਦੇ ਸਿੱਤ ਤੋਂ ਡਿਪਾਰਟਮੈਂਟ ਸੋਲ ਡਿਪਾਰਟਮੈਂਟ ਸੋਲ ਪੀਏਯੂ ਚ। ਕਹਿੰਦੇ ਸੀ ਉੱਥੇ ਜਾ ਕੇ ਮੁੰਡੇ ਪੈਸੇ ਨਹੀਂ ਦਿੰਦੇ, ਅਸੀਂ ਨਹੀਂ ਜਾਣਾ ਯੂਨੀਵਰਸਿਟੀ, ਪੈਸੇ ਹੁੰਦੇ ਹੀ ਸੀਗੇ, ਪੈਸੇ ਹੁੰਦੇ ਸੀਗੇ, ਤੇ ਬੜੀਆਂ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਜੀ। ਯੂਨੀਵਰਸਿਟੀ ਆਈਦਾ ਵਾ, ਅਗਰਵਾਲ ਨਾਲ ਬਿਲੋਂਗ ਕਰਦੇ ਹੋਗੇ, ਅਗਰਵਾਲ ਪਤਾ ਲੱਗ ਜਾਂਦਾ ਦੂਰੋਂ ਸ਼ਕਲ ਦਾ। ਮੇਰਾ ਵੱਡਾ ਬੇਟਾ ਬ੍ਰਾਂਚ ਮੈਨੇਜਰ ਹੈਗਾ ਉੱਥੇ ਫੈਡਰਲ ਬੈਂਕ, ਛੋਟਾ ਮਰਚੈਂਟ ਨੇਵੀ ਚ ਹੈਗਾ, ਸੀਨੀਅਰ ਇੰਜੀਨੀਅਰ ਹੈਗਾ। ਦੇਖੋ ਵਕਤ ਦੀ ਗੱਲਾਂ ਹੁੰਦੀਆਂ ਨੇ, ਦੇਖੋ ਸਟੂਡੈਂਟ ਤਿੰਨ ਦੋਸਤ
ਅੱਜ ਮਿਲੇ ਨੇ, ਬੱਚਿਆਂ ਦੀਆਂ ਗੱਲਾਂ ਕਰ ਰਹੇ ਨੇ, ਆਪਣੀਆਂ ਗੱਲਾਂ ਕਰ ਰਹੇ ਨੇ। ਵਕਤ ਇਹਦੀ ਦੋਸਤੋ ਬੀਤ ਜਾਂਦਾ ਹੈਗਾ ਵਾ, ਇਹਨੂੰ ਚੰਗਾ ਬਣਾ ਲਓਗੇ ਤਾਂ ਚੰਗਾ ਬਣ ਜਾਊਗਾ, ਜਾਂ ਬੁਰਾ ਬਣਾਓਗੇ ਤਾਂ ਬੁਰਾ ਬਣ ਜਾਊਗਾ। ਠੀਕ ਹੈ ਜੀ, ਬਿਲਕੁਲ ਸਹੀ ਜੀ, ਬਿਲਕੁਲ ਬਿਲਕੁਲ ਨਾ, ਇਹ ਤਾਂ ਫਿਊਚਰ ਤੁਹਾਡੇ ਹੱਥ ਹੈ। ਹਾਂਜੀ, ਆਸ ਰਹੇ ਨੇ ਤੁਹਾਡੇ ਵਰਗੇ ਜਿਹੜੇ ਲਾਲੇ ਲੋਕ ਨੇ ਉਹ ਗੋਲੀਆਂ ਖਾ ਰਹੇ ਨੇ, ਬਲੱਡ ਪ੍ਰੈਸ਼ਰ ਦੀਆਂ, ਸ਼ੂਗਰ ਦੀਆਂ ਨੋਟ ਬਣਾ ਰਹੇ ਨੇ, ਉੱਥੇ ਉੱਥੇ ਤੁਸੀਂ ਇਤਿਹਾਸ ਰਹੇ ਹੋ। ਬਿਲਕੁਲ ਬਿਲਕੁਲ, ਤੁਸੀਂ 70-70 ਸਾਲ ਦੇ, 60 ਸਾਲ ਦਾ ਲਾਲਾ ਕਹਿੰਦਾ ਮੈਂ ਤਾਂ ਗਿਆ ਗਿਆ। ਬਿਲਕੁਲ ਠੀਕ ਹੈ ਜੀ, ਠੀਕ ਹੈ। ਚਿਹਰੇ ਵੀ ਹੋਤਾ ਹੈ ਜੋ ਜ਼ਿੰਦਗੀ ਸ਼ਾਨ ਸੇ ਜਿੱਤੇ ਹੈ, ਪੈਸੇ ਸੇ ਨਹੀਂ, ਇੱਕ ਦੂਸਰੇ ਕੇ ਮੇਲ ਸੇ ਪਿਆਰ ਸੇ ਜੀਣਾ ਚਾਹੀਏ। ਠੀਕ ਹੈ ਜੀ, ਲੈ ਆਪਦੀ ਗੱਲਾਂ ਕਰ ਲਈਆਂ ਵਾ ਖੜੇ ਖੜੇ, ਔਰ ਅਸੀਂ ਚੈਨਲ ਸਬਸਕ੍ਰਾਈਬ ਸਾਡਾ ਕਰ ਦਿਓ ਤੁਸੀਂ, ਸਾਨੂੰ ਇਹੀ ਫਾਇਦਾ ਹੋ ਜਾਂਦਾ ਹੈਗਾ ਵਾ, ਜੇ ਕੈਨੇਡਾ ਜੀ ਵੀ ਦੇਖ ਲਓ ਇੱਕ ਪੈਸਾ ਹੁਣ ਵੱਧ ਮਿਲ ਜੂਗਾ, ਇੱਧਰ ਕੁੱਤਾ ਹੀ ਨਹੀਂ ਦੇ, ਤੁਸੀਂ ਕਰ ਦਿਓ ਸਰ। ਹੋਰ ਜੀ ਇੱਧਰ ਆ ਜਾਓ, ਇਹਨਾਂ ਕੇ ਬਾਅਦ ਵੀ ਪੁੱਛ ਲੈਂਦੇ ਹਾਂ। ਹੋਰ ਜੀ ਉਹ ਤਾਂ ਸੀਗੇ ਇਕੱਠੇ ਤਿੰਨੇ ਦੋਸਤ ਬੈਠੇ ਆ, ਤੁਸੀਂ ਇਕੱਲੇ ਬੈਠੇ ਹੈਗੇ ਹੋ, ਅਤੇ ਤੁਹਾਡਾ ਫਿਰ ਕਿਹੜਾ ਬੈਚ ਸੀਗਾ? ਮੇਰਾ 91 ਬੈਚ ਸੀਗਾ ਜੀ, 91 ਇਹ ਤੁਹਾਡੇ ਪਿਛਲੇ ਨੇ। ਹਾਂਜੀ ਹਾਂਜੀ। ਤੁਸੀਂ ਫਿਰ ਇੱਥੇ ਟੀਚਿੰਗ ਵੀ ਕੀਤੀ ਜਾਂ ਪੜ੍ਹ ਕੇ ਚਲੇ ਗਏ ਸੀ? ਨਹੀਂ, ਮੈਂ ਸਿਰਫ ਜੋਬ ਕੀਤੀ ਹੈ, ਪੜ੍ਹਿਆ ਨਹੀਂ ਇੱਥੋਂ। ਇੱਥੇ ਪੜ੍ਹਿਆ ਨਹੀਂ ਤੁਸੀਂ, ਜੋਬ ਕੀਤੀ ਹੈਗੀ ਹੈ? ਪੜ੍ਹਾਈ ਮੇਰੀ ਹਿਸਾਰ ਹਰਿਆਣਾ ਤੋਂ ਹੈ, ਪੰਜਾਬ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਅਤੇ ਜੋਬ ਇੱਥੇ ਸ਼ੁਰੂ ਕੀਤੀ 91 ਵਿੱਚ ਮੈਂ। 91 'ਚ ਅਤੇ ਪ੍ਰੈਜੈਂਟਲੀ ਹੂੰ ਇਸ ਵੇਲੇ ਮੈਂ ਰਿਟਾਇਰ ਹੋ ਚੁੱਕਿਆ ਇੱਥੋਂ ਮਾਰਚ 2021 'ਚ। ਇੱਥੇ ਮੱਕੀ ਸੈਕਸ਼ਨ ਦਾ ਇੰਚਾਰਜ ਸੀਗਾ ਮੈਂ, ਤਕਰੀਬਨ 30 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਇੱਥੇ ਮੈਂ ਰਿਟਾਇਰਮੈਂਟ ਹੋ ਗਈ। ਫਰਕ ਦੱਸ ਰਿਹਾ ਤੁਹਾਨੂੰ ਉਸ ਵੇਲੇ ਦੇ ਤੇ ਇਸ ਵੇਲੇ ਦੇ ਵਿੱਚ? ਬਹੁਤ ਫਰਕ ਹੈ ਜੀ, ਉਦੋਂ ਸਾਧਨ ਉਨੇ ਨਹੀਂ ਸੀਗੇ, ਉਨੀ ਰੌਣਕ ਨਹੀਂ ਸੀਗੀ, ਹੁਣ ਜ਼ਿਆਦਾ ਰੌਣਕ ਹੈ। ਟੈਕਨੋਲੋਜੀ 'ਚ ਫਰਕ ਪੈ ਗਿਆ? ਟੈਕਨੋਲੋਜੀ ਫਰਕ ਪੈ ਗਈ ਹੈ, ਐਡਵਾਂਸਮੈਂਟ ਹਰ ਚੀਜ਼ 'ਚ ਫਰਕ ਪੈ ਗਿਆ ਜੀ, ਐਡਵਾਂਸਮੈਂਟ ਹੋ ਰਹੀ ਹੈ ਹਰ ਫੀਲਡ 'ਚ, ਅਤੇ ਉਹ ਨਜ਼ਰ ਆ ਵੀ ਰਹੀ ਹੈ ਸਾਹਮਣੇ ਤੁਹਾਨੂੰ ਸਾਰਿਆਂ ਦੇ ਸਾਹਮਣੇ। ਹੁਣ ਤਾਂ ਕਹਿੰਦੇ ਹੈਗੇ ਆ IE ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਆ ਰਹੀ ਹੈਗੀ, ਸਾਰਾ ਕੁਝ ਆ ਗਿਆ ਜੀ, ਹੁਣ ਤਾਂ ਜਿਸ ਚੀਜ਼ ਦਾ ਨਾਂ ਲਓ ਉਹੀ ਚੀਜ਼ ਆ ਗਈ ਹੈ। ਹਾਂਜੀ ਹਾਂਜੀ, ਮੈਂ ਕਿਹਾ ਜੀ IE ਵੀ ਆ ਰਹੀ ਹੈਗੀ ਹੈ। ਹਾਂਜੀ ਬਿਲਕੁਲ, IE ਹੈ, ਤੁਸੀਂ ਥੋੜ੍ਹੇ ਜਿਹੇ ਤਾਂ ਤੁਸੀਂ IE ਆ ਰਹੀ ਹੈਗੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ। ਹਾਂਜੀ, ਵੈਬਸਾਈਟ ਬਣਦੇ ਪਏ ਨੇ, ਡਿਵੈਲਪ ਕਰ ਰਹੇ ਨੇ ਸਾਰੇ ਉਹ ਜਿੰਨੇ। ਬਿਲਕੁਲ ਬਿਲਕੁਲ ਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਤਾਂ ਹੁਣ ਬਹੁਤ ਲਾਰਜ ਸਕੇਲ ਤੇ ਆ ਰਹੀ ਹੈ, ਤੇ ਸਾਰੇ ਜਿੰਨੇ ਅੱਗੇ ਆਉਣ ਵਾਲੇ ਕੰਮ ਨੇ ਸਾਰੇ ਉਹਦੇ ਵਿੱਚ ਇਨਵੋਲਵ ਹੋ ਰਹੇ ਆ, ਤੇ ਟੈਕਨੋਲੋਜੀ ਨਵੀਂ ਆ ਰਹੀ ਹੈ, ਨਵੇਂ ਤਕਨੀਕਸ ਆ ਰਹੀਆਂ, ਅਤੇ ਨਵੇਂ ਜਿਹੜੇ ਹੈਗੇ ਗੋਲਸ ਅਚੀਵਮੈਂਟਸ ਹੋ ਰਹੀਆਂ ਨੇ ਨਵੀਆਂ ਨਵੀਆਂ, ਅਤੇ ਉਮੀਦ ਹੈ ਕਿ ਆਉਣ ਵਾਲਾ ਸਮਾਂ ਹੋਰ ਪ੍ਰੋਗਰੈਸਿਵ ਹੋਏਗਾ। ਅਤੇ ਸੋਚਦੇ ਪੰਜਾਬ ਦੇ ਬਾਰੇ, ਦੇਸ਼ ਦੇ ਬਾਰੇ? ਪੰਜਾਬ ਪ੍ਰੋਗਰੈਸਿਵ ਸਟੇਟ ਹੈਗਾ, ਸਿਰਫ ਇੱਕੋ ਹੀ ਦਿੱਕਤ ਹੈਗੀ ਹੈ, ਜਿਹੜੇ ਬੱਚੇ ਬਾਹਰ ਜਾ ਰਹੇ ਆ ਉਹਨਾਂ ਨੂੰ ਪ੍ਰੋਬਲਮ ਹੈਗੀ ਹੈ, ਬਾਕੀ ਜਿਹੜੇ ਇੱਥੇ ਸਾਂਭ ਰਹੇ ਆ, ਇੱਥੇ ਵਿਰਾਸਤ ਨੂੰ ਸਾਂਭ ਕੇ ਬੈਠੇ ਆ, ਉਹ ਬਹੁਤ ਵਧੀਆ ਹੈ। ਤੁਸੀਂ ਬੱਚੇ ਬਾਹਰ ਭੇਜੇ? ਹਾਂਜੀ, ਮੇਰੇ ਬੱਚੇ ਕੈਨੇਡਾ ਨੇ ਦੋਨੇ। ਹਾਂਜੀ ਹਾਂਜੀ, ਬੇਟਾ ਹੈਗਾ ਉੱਥੇ ਯੂਨੀਵਰਸਿਟੀ ਆਫ ਮੈਨੀਟੋਬਾ 'ਚ ਪ੍ਰੋਫੈਸਰ ਹੈ, ਅਤੇ ਬੇਟੀ IT ਸੈਕਟਰੀ 'ਚ ਕੰਮ ਕਰਦੀ ਹੈ। ਆਪਣੇ ਪਾਪਾ ਹੀ ਨਾਲ ਰਹਿੰਦੇ ਸੀ ਨਾ? ਮੇਰਾ ਜੱਦੀ ਪਿੰਡ ਐਕਚੁਲੀ ਹਰਿਆਣਾ ਹਿਸਾਰ 'ਚ, ਅਤੇ ਇੱਥੇ ਲੁਧਿਆਣੇ ਸੀਗਾ ਪਹਿਲੇ ਮੈਂ, ਰਿਟਾਇਰਮੈਂਟ ਤੋਂ ਬਾਅਦ ਮੈਂ ਮੋਹਾਲੀ ਸ਼ਿਫਟ ਕਰ ਲਿਆ ਜੀ। ਅੱਛਾ, ਸ਼ਿਫਟ ਕਰ ਲਿਆ। ਮਾਪੇ ਤੁਹਾਡੇ ਕੋਲ ਲੈਂਦੇ ਸੀਗੇ? ਪੇਰੈਂਟਸ ਪਿੰਡ ਸੀਗਾ ਮੇਰਾ, ਆਪਣਾ ਪ੍ਰਭੂ ਵਾਲਾ ਪਿੰਡ ਸੀਗਾ ਹਿਸਾਰ ਦੇ ਲਾਗੇ, ਉੱਥੇ ਸੀਗੇ, ਅਤੇ ਕਾਫੀ ਟਾਈਮ ਇੱਥੇ ਮੇਰੇ ਕੋਲ ਵੀ ਰਹੇ ਹੈ। ਹੁਣ ਦੋਨੋਂ ਪੇਰੈਂਟਸ, ਮੰਮੀ ਪਾਪਾ ਦੋਨੋਂ ਗੁਜ਼ਰ ਗਏ, ਅਤੇ ਹੁਣ ਬੱਚੇ ਬਾਹਰ ਚਲੇ ਗਏ, ਅਸੀਂ ਮੋਹਾਲੀ ਸ਼ਿਫਟ ਕਰਦੇ। ਬੱਚੇ ਕੋਈ ਜਾਂਦੇ ਜਾਂ ਇੱਥੇ ਰਹਿੰਦੇ ਹੋ? ਇੱਕ ਵਾਰੀ ਜਾ ਕੇ ਆਏ ਹਾਂ, ਮਨ ਕਰਦਾ ਜਾਣ ਨੂੰ ਜਾਂ ਇੱਥੇ ਰਹਿਣ ਨੂੰ ਕਰਦਾ? ਆਪਣੇ ਆਪਣੇ ਫਾਇਦੇ ਨੇ, ਇੱਥੇ ਰਹਿ ਕੇ ਇੱਥੇ ਦਿਲ ਲੱਗਦਾ, ਉੱਥੇ ਚਲੇ ਜਾਈਏ ਉੱਥੇ ਦਿਲ ਲਾ ਲਈਦਾ, ਕੋਈ ਜ਼ਿਆਦਾ ਬਹੁਤਾ ਫਰਕ ਨਹੀਂ ਲੱਗਦਾ, ਭਾਵੇਂ ਇੱਥੇ ਰਹੀਏ ਉੱਥੇ ਰਹੀਏ, ਇੱਥੇ ਵੀ ਆਪਣਾ ਪਰਿਵਾਰ ਹੈ ਸਾਰਾ, ਯੂਨੀਵਰਸਿਟੀ ਆਪਣਾ ਪਰਿਵਾਰ ਹੀ ਲੱਗਦਾ, ਇੰਨਾ ਵੱਡਾ ਪਰਿਵਾਰ 'ਚ ਰਹਿੰਦੇ, ਉੱਥੇ ਜਾਂਦੇ ਹਾਂ ਬੱਚਿਆਂ ਨਾਲ ਦਿਲ ਲੱਗ ਜਾਂਦਾ ਜਾ ਕੇ, ਉੱਥੇ ਬੱਚਿਆਂ ਦਾ ਪਰਿਵਾਰ ਲੱਭਦਾ, ਅਤੇ ਯਾਰਾਂ ਦਾ, ਦੋਸਤਾਂ ਦਾ ਪਰਿਵਾਰ ਲੱਭ, ਆਪਣਾ ਯਾਰ ਲੱਭਦੇ ਨੇ, ਪਰਿਵਾਰ ਲੱਭਦਾ ਹੈਗਾ ਵਾ ਸਰ। ਰੰਗਲਾ ਪੰਜਾਬ ਇਸੇ ਤਰ੍ਹਾਂ ਵਸਦਾ ਰਹੇ, ਰੰਗਲਾ ਪੰਜਾਬ ਆ, ਹੱਸਦਾ ਰਹੇ, ਖੇਡਦਾ ਰਹੇ, ਇਵੇਂ ਜ਼ਿੰਦਗੀ ਲੰਘਦੀ ਜਾਏ। ਹੁਣ ਤਾਂ ਤਿਆਰੀ ਹੈ, ਜਿਹੜਾ ਦੌਰ ਰਹਿਣਾ 1947 'ਚ ਉੱਧਰੋਂ ਆਏ ਸਨ ਇੱਥੇ, ਹੁਣ ਆਹ ਨਵਾਂ ਟੰਡਾ ਪੈ ਗਿਆ ਬਾਹਰ ਜਾਣ ਦਾ, ਪੰਜਾਬ ਦੇ ਜਿਹੜੇ ਪੇੜੇ ਬਜ਼ੁਰਗ ਨੇ, ਜਿਹੜੇ ਲੋਕ ਨੇ, ਇਹਨਾਂ ਨੇ ਇੱਥੇ ਸੰਤਾਪ ਝਾਲਣਾ ਹੈਗਾ ਵਾ, ਪਹਿਲੇ ਪਾਕਿਸਤਾਨ ਦਾ ਚੱਲਿਆ, ਹੁਣ ਬਾਹਰ ਦਾ ਚੱਲਣ ਲੱਗ ਗਏ। ਥੋੜ੍ਹੀਆਂ ਦਿੱਕਤਾਂ ਹੈਗੀਆਂ, ਜਿਹੜੇ ਬੱਚੇ ਹੁਣ ਨਵੀਂ ਜਨਰੇਸ਼ਨ ਆ ਰਹੀ ਉਹ ਫੀਲ ਕਰਦੀ ਹੈ ਵੀ ਉਹਨਾਂ ਵਾਸਤੇ ਜਿਹੜੀ ਅਪੋਰਚੁਨਿਟੀਜ਼ ਘੱਟ ਰਹੀਆਂ ਇੱਥੇ, ਪੜ੍ਹ ਲਿਖ ਜਾਂਦੇ ਆ, ਮੁੜ ਕੇ ਲੱਭਦਾ ਕੁਛ ਨਹੀਂ, ਇਸ ਕਰਕੇ ਉਹ ਦੇਖਦੇ ਆ ਕਿ ਅਪੋਰਚੁਨਿਟੀਜ਼ ਕਿੱਥੇ ਹੋਣਗੀਆਂ ਸਾਡੀਆਂ, ਦੇਖੋ ਬਾਹਰ ਮਿਲਦੀ ਅਪੋਰਚੁਨਿਟੀ ਚਲੇ ਜਾਂਦੇ ਆ ਉੱਥੇ। ਅਪੋਰਚੁਨਿਟੀ, ਸਰਵਿਸ, ਨੌਕਰੀ, ਸਿਸਟਮ, ਇਹੋ ਤਾਂ ਗੱਲਬਾਤ ਹੈ ਜਿਹੜੀ ਸਾਡੇ ਪੰਜਾਬੀਆਂ ਨੂੰ ਬਾਹਰ ਖਿੱਚ ਕੇ ਲਿਜਾ ਰਹੀ ਆ, ਪਰ ਇਹਨੂੰ ਆਪਾਂ ਸੁਧਾਰਨਾ, ਸੁਧਾਰਨੀ ਆਪਣੇ ਟਾਈਮ ਦੇ, ਕਿੱਦਾਂ ਨਹੀਂ ਸੁਧਰਿਆ, ਕੀ ਗੱਲ ਹੋ ਗਈ? ਆਪਾਂ ਜਿਹੜੇ ਅੱਜ ਦੇ ਬੱਚੇ ਵੀ ਹੈਗੇ, ਫਿਰ ਆਪਣੇ ਦੋਸਤ ਦੇਣਗੇ ਵੀ ਪਾਪੇ ਨੇ ਨਹੀਂ ਕੀਤਾ ਕੁਝ? ਦੇਖੋ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਸਰਕਾਰੀ ਪਾਲਿਸੀਜ਼ ਨੇ, ਗਵਰਨਮੈਂਟ ਦੀਆਂ ਜਿਹੜੀਆਂ ਕਾਰਗੁਜ਼ਾਰੀਜ਼ ਨੇ, ਇੰਪਲਾਇਮੈਂਟ ਜਨਰੇਟ ਕਰਨੀ ਹੈ ਜਾਂ ਬੱਚਿਆਂ ਨੂੰ ਇੱਥੇ ਫੈਸਿਲਿਟੀਜ਼ ਦੇਣੀਆਂ ਨੇ, ਉਹੋ ਜਿਹਾ ਮਾਹੌਲ ਦੇਣਾ ਹੈ, ਭਾਵੇਂ ਉਹ ਇੰਡਸਟਰੀ 'ਚ ਹੈ, ਭਾਵੇਂ ਸਰਕਾਰੀ ਮਹਿਕਮੇ 'ਚ ਹੈ, ਉਹ ਤਾਂ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ, ਜਿਹੜੀਆਂ ਟਾਈਮ ਟੂ ਟਾਈਮ ਸਰਕਾਰਾਂ ਆਉਂਦੀਆਂ ਰਹੀਆਂ,
जो इस चीज़ वाल ध्यान दें तो हो सकता है बाहर जाने वाला ट्रेंड ना शुरू होता, पर एक बार जो बच्चों के मन में एक ट्रेंड शुरू हो गया जान लग गए फिर देखा देखी भी लोग जान पर लग पेंदे भाई उत्थे शायद कुछ ज़्यादा बैटर होगा। एक जिवें होंदा ना कि एक नुहार बन जाती है बच्चों ने जान दे भाई हाँ भाई वो एक चला गया मैं भी क्यों ना जाऊँ, शायद उन्होंने कुछ मिलया हो तो मैं भी शायद कुछ कर लाँगा जाके। देखो की माहौल बन गया है, एक देख के दूजा दूजे ने देख के तीजा, यार संभालो इंडिया नू संभालो पंजाब नू और खासकर संभालो यूनिवर्सिटी नू। धन्यवाद सर, की नाम तुहाडा? मैं डॉक्टर जसबीर सिंह चावला जी। जसबीर सिंह चावला जी मिले तो गल्लां कीतियां, चलो पंजाब साडा रंगला पंजाब रंगला ही बनया रहे, असं कहने आस्ट्रेलिया वाले इतने आगे रहन, कनेडा वाले इतने आगे रहन, वो इतने आए कहन पाए असं इतने आने रही इंडिया च रहने ही सोचते हैं तरक्की। चलो जी वधिया जी, सारे रल मिल के कोशिश करांगे तो जरूर अपने कामयाब होवांगे इस कोशिश च, तो फिर मुड़ के साडा रंगला पंजाब मुड़ के उस हालात में आएगा तो हसदा खेडता रहेगा उस तरह। धन्यवाद चावला साहब। देखो जिन्ने भी लोग ने और जी की हाल चाल है, केड़ा बैच अपना? मेरा 2K4 जी। अच्छा अच्छा 2004 ते हुन प्रेजेंटली डिस्ट्रिक्ट मंडी अफसर मोगा जी। अच्छा अच्छा अच्छा, हाँ जी। तो क्यों जा लग रहा है? बहुत वधिया बहुत वधिया, ऐ लगता है दोबारा जिवे आ गए होने इस यूनिवर्सिटी। हजार दो चेते आ रहे ने कुछ? हाँ जी हाँ आए हुए ने, मिल रहे ने बस। अच्छा अच्छा मिल दे आ, फोन आ रहे ने सब दे। अच्छा अच्छा अच्छा, हाँ जी हाँ हाँ जवाब तो मैं आ गया।